ਟਿਵਾਣਾ ਰੇਡੀ ਦੇ ਸਤਿਕਾਰ ਸੋਤੇ ਲਓ, ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੋਕ ਕਹਾਣੀ ਜਾਂ ਬਾਤ ਕਹਿ ਲਈਏ, ਘਰ ਦਾ ਜੋਗੀ ਜੋਗੜਾ। ਕਿਸੇ ਪਿੰਡ ਦੇ ਵਿੱਚ ਇੱਕ ਧਾਰਮਿਕ ਵਿਅਕਤੀ ਰਹਿੰਦਾ ਸੀ, ਸਾਧੂ ਪੀਰ ਰਹਿੰਦਾ ਸੀ। ਉਸਦੀ ਮਾਨਤਾ ਚਾਰ ਚੁਫੇਰੇ ਸੀ। ਸੋ ਪੀਰ ਨੇ ਲੰਮੇ ਤਪਾਂ, ਚਲੀਸਿਆਂ, ਜੋਧਿਆਂ ਦੁਆਰਾ ਕਈ ਸ਼ਕਤੀਆਂ ਸਿੱਧ ਕੀਤੀਆਂ ਹੋਈਆਂ ਸੀ। ਲੋਕ ਦੂਰੋਂ ਦੂਰੋਂ ਉਹਦੇ ਦਰਸ਼ਨਾਂ ਲਈ, ਆਪਣੀ ਸਮੱਸਿਆ ਦੇ ਹੱਲ ਲਈ ਆਉਂਦੇ। ਇੱਕ ਵਾਰ ਕੋਈ ਸ਼ਖਸ ਬੜਾ ਦੂਰ ਦੁਰਾਡੇ ਉਸ ਪੀਰ ਦੀ ਮਹਿਮਾ ਸੁਣ ਕੇ ਉਸਦੇ ਦਰਸ਼ਨਾਂ ਨੂੰ ਆਇਆ, ਅਤੇ ਉਸਦੇ ਮਨ ਦੇ ਵਿੱਚ ਉਸ ਬਾਬੇ ਦੇ ਵਾਸਤੇ ਅਥਾਹ ਸ਼ਰਧਾ ਪੈਦਾ ਹੋ ਚੁੱਕੀ ਸੀ। ਪੁੱਛਦਾ ਪਛਾਣਦਾ ਉਸ ਬਾਬੇ ਦੇ ਘਰ ਪੁੱਜਾ, ਅਤੇ ਬਾਬਾ ਖੁਦ ਘਰ ਨਹੀਂ ਸੀ ਮੌਜੂਦ। ਉਸਦੀ ਪਤਨੀ ਝਾੜੂ ਨਾਲ ਵਿਹੜਾ ਸਾਫ਼ ਕਰ ਰਹੀ ਸੀ। ਉਸਨੇ ਘੂਰਦੇ ਹੋਏ ਅਜਨਬੀ ਵੱਲ ਵੇਖਿਆ ਕਿ ਜਿਵੇਂ ਕੋਈ ਆਦਮੀ ਨਹੀਂ, ਕੁੱਤਾ ਘਰ ਵੜ ਆਇਆ ਹੋਵੇ। ਤਾਂ ਉਸਨੇ ਆਖਿਆ ਕਿ ਬਾਬਾ ਜੀ ਕਿੱਥੇ ਨੇ? ਬੜੇ ਅਦਬ ਨਾਲ ਉਸ ਅਜਨਬੀ ਨੇ ਪੁੱਛਿਆ, ਮੈਂ ਉਸਦੇ ਦਰਸ਼ਨ ਵਾਸਤੇ ਹਾਜ਼ਰ ਹੋਇਆ। ਅਤੇ ਉਸ ਬਾਬੇ ਦੀ ਔਰਤ ਬੜੇ ਗੁੱਸੇਖੋਰ ਸੁਭਾਅ ਦੀ ਸੀ, ਹਰ ਵਕਤ ਖਿਝੀ ਤਪੀ ਰਹਿੰਦੀ ਸੀ, ਗੱਲ ਗੱਲ 'ਤੇ ਖਹਿਬੜਦੀ ਸੀ। ਬੜੀ ਖਰਵੀਂ ਜਵਾਨ ਦੀ ਔਰਤ ਸੀ ਬਾਬੇ ਦੀ ਘਰਵਾਲੀ। ਉਹ ਕਹਿੰਦੀ ਢੱਠੇ ਖੂਹ ਦੇ ਵਿੱਚ ਨੇ। ਸੋ ਉਸ ਪੀਰ ਦੀ ਔਰਤ ਨੇ ਖਿਝੇ ਖਿਜਾਏ ਕਹਿਤਾ, ਸਵੇਰ ਦੀ ਚੁੱਲ੍ਹੇ ਜੱਗ ਨਹੀਂ ਬਲੀ, ਘਰ ਬਾਲਣੀ ਕਿਧਰੇ ਮੰਗਣ ਪਿੰਨਣ ਗਿਆ ਹੋਣਾ, ਕਿੰਨੀ ਦੇਰ ਤੱਕ ਆ ਜਾਣਗੇ? ਔਜਨਵੀ ਨੇ ਹੌਸਲਾ ਕਰਕੇ ਫਿਰ ਪੁੱਛਿਆ, ਮੈਨੂੰ ਕੀ ਪਤਾ, ਉਹਦੀਆਂ ਉਹੀ ਜਾਣੇ, ਪਤਾ ਨਹੀਂ ਕਿੱਥੇ ਧੱਕੇ ਖਾਂਦਾ ਫਿਰਦਾ ਹੋਣਾ ਦਰ ਦਰ ਕੌਲੇ ਕੱਛ ਦਾ। ਸੋ ਪੀਰ ਦੀ ਪਤਨੀ ਝੱਖੜ ਵਾਂਗ ਝੁੱਲ ਪਈ, ਆਪਣਾ ਘਰ ਤਾਂ ਸਾਂਭ ਨਹੀਂ ਸਕਦੇ ਅਤੇ ਜਹਾਨ ਭਰ ਦੀਆਂ ਵਾਲਾਂ ਚੁੱਕੀ ਫਿਰਦੇ ਨੇ। ਅਤੇ ਅਜਨਬੀ ਚੁੱਪ ਚਾਪ ਉਸ ਬਾਬੇ ਦੀ ਬੀਬੇ ਦੀ ਅੰਮ੍ਰਿਤ ਬਾਣੀ ਸੁਣਦਾ ਰਿਹਾ। ਅਤੇ ਅਜਨਬੀ ਚੁੱਪ ਚਾਪ ਵਿਹੜੇ ਦੇ ਇੱਕ ਪਾਸੇ ਬੈਠ ਗਿਆ, ਉਸ ਬਾਬੇ ਦੀ ਉਡੀਕ ਕਰਨ ਲੱਗਾ। ਅਤੇ ਪੀਰ ਦੀ ਪਤਨੀ ਵਿਹੜੇ ਦੇ ਵਿੱਚ ਬੁਹਾਰੀ ਲਾ ਰਹੀ ਸੀ, ਝਾੜੂ ਲਾ ਰਹੀ ਸੀ। ਅਤੇ ਉਸਨੇ ਅਜਨਬੀ ਨੂੰ ਬੁਹਾਰੀ ਨਾਲ ਹੀ ਪਰੇ ਹਟਾਉਂਦਿਆਂ ਆਖਿਆ, ਹੁਣ ਜਾ ਕੇ ਇੱਥੇ ਹੀ ਡੇਰਾ ਜਲਾਵੇਂਗਾ, ਜੇ ਉਡੀਕਣਾ ਤਾਂ ਬਾਹਰ ਬਹਿ ਕੇ ਉਡੀਕ, ਤੁਰਦਾ ਬਣ। ਅਤੇ ਅਜਨਬੀ ਤੋਂ ਇਹ ਨਰਾਦਰ ਬਰਦਾਸ਼ਤ ਨਾ ਹੋਇਆ, ਉਹ ਪਰੇਸ਼ਾਨ ਜਿਹਾ ਹੋ ਕੇ ਉੱਠ ਪਿਆ। ਪਰ ਹੁਣ ਗੌਂ ਸੀਗਾ, ਬਾਬੇ ਨੂੰ ਤਾਂ ਮਿਲਣਾ ਸੀ ਸਮੱਸਿਆ ਸੁਲਝਾਉਣ ਲਈ। ਸੋ ਉਸਦਾ ਪੀਰ ਤੋਂ ਵੀ ਵਿਸ਼ਵਾਸ ਉੱਠਣ ਲੱਗਾ ਕਿ ਜਿਹੜਾ ਪੀਰ ਆਪਣੀ ਪਤਨੀ ਨੂੰ ਨਹੀਂ ਸੁਧਾਰ ਸਕਿਆ, ਜਿਹਦੀ ਪਿੱਠ ਪਿੱਛੇ ਉਹਦੀ ਪਤਨੀ ਇੰਨੀ ਕੁੱਤੇ ਖਾਣੀ ਕਰਦੀ ਹੈ, ਬਦਖੋਈ ਕਰਦੀ ਹੈ, ਉਹ ਕਿਸੇ ਹੋਰ ਦਾ ਕੀ ਸਵਾਰੇਗਾ? ਸੋ ਇਹ ਸੋਚਦਾ ਹੋਇਆ ਅਜਨਬੀ ਬਾਹਰ ਨਿਕਲਾ ਅਤੇ ਵਾਪਸ ਚਲੇ ਜਾਣ ਦਾ ਇਰਾਦਾ ਬਣਾਉਣ ਲੱਗਾ। ਜਦੋਂ ਉਹ ਥੋੜ੍ਹੀ ਦੂਰ ਘਰੋਂ ਨਿਕਲਿਆ, ਉਹ ਕਹਿੰਦਾ ਚਲੋ ਇੰਨਾ ਪਿੰਡਾ ਮਾਰ ਕੇ ਆਇਆ, ਚਲੋ ਦਰਸ਼ਨ ਕਰਨ 'ਚ ਕੀ ਹਰਜ ਹੈ, ਖ਼ਬਰਾਂ ਇੱਕ ਲੈਣੀ ਹੋਵੇ ਉਹ ਚੰਗਾ ਹੋਵੇ, ਉਡੀਕ ਲੈਂਦੇ ਹਾਂ। ਸੋ ਫਿਰ ਉਹ ਵਾਪਸ ਆ ਗਿਆ। ਅਤੇ ਇਸ ਦੌਰਾਨ ਗਲੀ ਦੇ ਮੋੜ 'ਤੇ ਉਸਨੂੰ ਇੱਕ ਔਰਤ ਮਿਲੀ। ਉਸਨੇ ਪੁੱਛਿਆ ਕਿ ਤੁਹਾਨੂੰ ਪਤਾ ਕਿ ਉਹ ਬਾਬਾ ਜੀ ਕਿੱਥੇ ਨੇ, ਕਿੱਥੇ ਹੋਣਗੇ? ਅਤੇ ਉਹ ਕਹਿੰਦੀ ਜੀ ਉਹ ਤਾਂ ਜੰਗਲਾਂ 'ਚ ਲੱਕੜਾਂ ਕੱਟਣ ਗਏ ਨੇ। ਅਤੇ ਇਸ ਵੇਲੇ ਉਹ ਵਾਪਸ ਆ ਜਾਂਦੇ ਨੇ, ਅਤੇ ਸਾਹਮਣੇ ਜੰਗਲ ਵੱਲ ਚਲੇ ਜਾਓ, ਤੁਹਾਨੂੰ ਰਾਹ 'ਚ ਮਿਲ ਜਾਣਗੇ। ਖੈਰ ਉਸ ਬੀਬੀ ਦੀ ਗੱਲ ਸੁਣ ਕੇ ਉਹ ਬੰਦਾ ਉਸੇ ਰਾਹ ਤੁਰ ਪਿਆ ਕਿ ਚਲੋ ਪੀਰ ਨੂੰ ਮਿਲਣਾ, ਬਾਹਰ ਮਿਲਾਂਗੇ ਰਸਤੇ 'ਚ। ਖੈਰ ਪਿੰਡੋਂ ਬਾਹਰ ਨਿਕਲ ਕੇ ਉਹ ਜੰਗਲ ਵੱਲ ਜਦੋਂ ਤੁਰ ਪਿਆ, ਥੋੜ੍ਹੀ ਦੇਰ ਗਿਆ ਅਤੇ ਉਸਨੇ ਉਸ ਬਾਬੇ ਨੂੰ ਆਉਂਦੇ ਵੇਖਿਆ। ਅਤੇ ਉਸਨੇ ਪੀਰ ਨੇ ਸ਼ੇਰ ਦੀ ਪਿੱਠ 'ਤੇ ਲੱਕੜਾਂ ਦਾ ਗੱਡਾ ਲੱਦਿਆ ਹੋਇਆ ਸੀ ਅਤੇ ਹੱਥ ਵਿੱਚ ਸ਼ਮਕ ਦੀ ਥਾਂ ਸੱਪ ਫੜਿਆ ਹੋਇਆ ਸੀ। ਉਹ ਸ਼ੇਰ ਨੂੰ ਹਿੱਕਦੇ ਹੋਏ ਗੱਡੇ ਦੇ ਨਾਲ ਪਿੰਡ ਵੱਲ ਨੂੰ ਆ ਰਹੇ ਸਨ ਅਤੇ ਉਸਦਾ ਚਿਹਰਾ ਬੜੇ ਜਲਾਲ ਨਾਲ ਭਖ ਰਿਹਾ ਸੀ। ਅਜਨਬੀ ਇਹ ਚਮਤਕਾਰ ਵੇਖ ਕੇ ਹੱਕਾ ਬੱਕਾ ਰਹਿ ਗਿਆ ਅਤੇ ਪੀਰ ਦੇ ਕਦਮਾਂ 'ਤੇ ਡਿੱਗ ਕੇ ਬੇਨਤੀ ਕਰਨ ਲੱਗਾ ਕਿ ਮਾਫ਼ ਕਰਨਾ, ਮੈਂ ਤੁਹਾਡੇ ਬਾਰੇ ਗਲਤ ਸੋਚਿਆ, ਤੁਹਾਡੀ ਪਤਨੀ ਦਾ ਖੋਰੇ ਕਿਸ ਤਰ੍ਹਾਂ ਦੇ ਸੁਭਾਅ ਸੀ, ਉਸਨੇ ਮੇਰੀ ਸ਼ਰਧਾ ਨੂੰ ਠੇਸ ਪਹੁੰਚਾਈ ਹੈ। ਸੋ ਮੇਰਾ ਮਨ ਡੋਲ ਗਿਆ ਕਿ ਤੁਸੀਂ ਤਾਂ ਐਵੇਂ ਦੇ ਹੋ, ਪਰ ਤੁਸੀਂ ਤਾਂ ਗੱਡੇ ਨੂੰ ਸ਼ੇਰ ਜੋੜੀ ਫਿਰਦੇ ਹੋ। ਪੀਰ ਹੱਸ ਪਿਆ, ਕਹਿੰਦਾ ਸਬਰ ਸੰਤੋਖ ਨਾਲ ਬੰਦਾ ਸ਼ੇਰ ਅਤੇ ਸੱਪ ਨੂੰ ਤਾਂ ਕਾਬੂ ਪਾ ਸਕਦਾ, ਪਰ ਆਪਣੀ ਝਗੜਾਲੂ ਪਤਨੀ ਨੂੰ ਕਾਬੂ ਨਹੀਂ ਪਾ ਸਕਦਾ। ਪਰ ਇਹ ਕਿਉਂ? ਉਹ ਪੀਰ ਕਹਿੰਦਾ ਘਰ ਦਾ ਜੋਗੀ ਜੋਗੜਾ ਹੀ ਹੁੰਦਾ ਹਮੇਸ਼ਾ, ਇਹ ਟਲ ਸੱਚਾਈ ਹੈ।
ਸੋ ਇਹ ਹੈ ਕਹਾਣੀ ਘਰ ਦਾ ਜੋਗੀ ਜੋਗੜਾ, ਹੈ ਨਾ। ਸੋ ਜਿੱਡਾ ਮਰਜ਼ੀ ਪੀਰ ਹੋਵੇ, ਜਿੱਡਾ ਮਰਜ਼ੀ ਨੇਤਾ ਹੋਵੇ, ਅਤੇ ਇਹ ਗੱਲ ਸਭ ਮੰਨਦੇ ਨੇ। ਅਤੇ ਹਾਂ, ਵੈਸੇ 2 ਕੁ ਸਾਲ ਤਾਂ ਥੋੜ੍ਹੀ ਜਿਹੀ ਮੁਹੱਬਤ ਰਹਿੰਦੀ ਹੈ, ਦਬਕਾ ਰਹਿੰਦਾ, ਅਤੇ ਫਿਰ ਬੰਦਾ ਸਰੈਂਡਰ ਕਰ ਜਾਂਦਾ। ਇਹ ਗੱਲ ਸੱਚ ਵੀ ਹੈ ਬਹੁਤ ਹੱਦ ਤੱਕ। ਪਰ ਇਸ ਸਿਲਸਿਲੇ ਦੇ ਵਿੱਚ ਕਿ ਭਾਈ ਉਹ ਜਿਹੜਾ ਸ਼ੇਰ ਨੂੰ ਜੋਤ ਸਕਦਾ ਸੀ, ਸੱਪ ਨੂੰ ਛਾਂਟੇ ਦੇ ਤੌਰ 'ਤੇ ਵਰਤ ਸਕਦਾ ਸੀ, ਅਤੇ ਉਹਦੀ ਸ਼੍ਰੀਮਤੀ ਜੀ, ਹੈ ਨਾ, ਉਹਦੀ ਮਨੋਰਮਾ ਉਹਦੀਆਂ ਛਾਲਾਂ ਚੁਕਾਉਂਦੀ ਸੀ। ਸੋ ਇਸ ਤਰ੍ਹਾਂ ਦਾ ਕਿੱਸਾ ਗਿਆਨੀ ਗੁਰਦਿੱਤ ਸਿੰਘ ਨਾਲ ਵੀ ਹੈ। ਉਹਦੀ ਘਰਵਾਲੀ ਵੀ ਵਾਈਸ ਚਾਂਸਲਰ ਸੀ, ਮਨਮੋਹਨ ਕੌਰ ਸੀ ਨਾ ਉਹਨਾਂ ਦਾ ਸ਼ਾਇਦ, ਉਹ ਬੜੀ ਹਾਈ ਫਾਈ। ਅਤੇ ਮੇਰਾ ਪਿੰਡ ਲੇਖਕ ਦੇ ਲੇਖਕ ਨੇ ਜਿਹੜੇ ਗਿਆਨੀ ਗੁਰਦਿੱਤ ਸਿੰਘ, ਉਹ ਵਿਚਾਰੇ ਫੱਕਰ ਸੁਭਾਅ ਦੇ, ਐਂ ਰਮ ਅਤੇ ਮੋਹਲੇ। ਇੱਕ ਵਾਰੀ ਕੋਈ ਮਿਲਣ ਆਇਆ, ਉਹ ਕਹਿੰਦੇ ਜੀ ਵਾਈਸ ਚਾਂਸਲਰ ਸਾਹਿਬ ਨੂੰ ਮਿਲਣਾ, ਜਾਣੀ ਉਹਨਾਂ ਦੀ ਪਤਨੀ ਨੂੰ। ਅਤੇ ਉਹਨਾਂ ਨੇ ਉਹਨੂੰ ਦੱਸਿਆ ਕੋਈ ਮਾਲੀ ਮੋਲੀ ਹੈ ਗਿਆਨੀ ਗੁਰਦਿੱਤ ਸਿੰਘ, ਅਤੇ ਉਹਨਾਂ ਨੇ ਉਸ ਹਿਸਾਬ ਨਾਲ ਹੀ ਜਵਾਬ ਜਿਹਾ ਦਿੱਤਾ, ਕਹਿੰਦਾ ਉੱਪਰ ਜਾ ਕੇ ਦੱਸੀ ਨਾ ਵੀ ਹੇਠ ਆਏਂਗੇ ਆਖਿਆ। ਸੋ ਇਹ ਹੈ ਜੀ ਘਰ ਘਰ ਦੀ ਕਹਾਣੀ। ਸੋ ਘਰ ਦਾ ਜੋਗੀ ਜੋਗੜਾ, ਸੋ ਇਹ ਸੀ ਲੋਕ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ। ਇਹਦੇ 'ਚ ਕਿਤੇ ਨਾ ਕਿਤੇ ਹੁਣ ਇਹ ਸਮਝਾਇਆ ਗਿਆ ਕਿ ਇੰਨੀ ਸ਼ਕਤੀ ਵਾਲਾ ਬੰਦਾ ਵੀ ਘਰੇ ਜਾਂ ਘਰ ਗ੍ਰਹਿਸਥ ਚਲਾਉਣ ਦੇ ਵਾਸਤੇ ਨਾ ਕਿਤੇ ਨਾ ਕਿਤੇ ਪਤਨੀ ਦੀਆਂ 2-4 ਠੰਡੀਆਂ ਤੱਤੀਆਂ ਸੁਣ ਲੈਂਦਾ। ਇਹਦੇ 'ਚ ਆਮ ਲੋਕਾਂ ਨੂੰ ਸਮਝਾਇਆ ਗਿਆ ਕਿ ਭਾਈ ਚਲੋ ਡੋਮੈਸਟਿਕ ਵਾਇਲੈਂਸ ਤੋਂ ਗਰੇਜ਼ ਕਰੋ। ਘਰ ਵਾਲੀਆਂ ਇੱਦਾਂ ਹੀ ਹੁੰਦੀਆਂ ਨੇ ਜਿਵੇਂ ਉਹ ਝਾੜੂ ਲਾਉਂਦੀ ਸੀ, ਅਤੇ ਝਾੜੂ ਜਾਂ ਪੋਚਾ ਲਾਉਂਦੀ ਪਤਨੀ ਦੇ ਅੱਗੋਂ ਦੀ ਤਾਂ ਕੋਈ ਨਹੀਂ ਲੰਘ ਸਕਦਾ। ਸੋ ਇਸ ਕਰਕੇ ਥੋੜ੍ਹਾ ਜਿਹਾ ਹਿਸਾਬ ਨਾਲ ਚੱਲੋ ਅਤੇ ਕਹਾਣੀ ਬਣੀ ਰਹਿੰਦੀ ਹੈ। ਪਰ ਕਈ ਵਾਰੀ ਬਹੁਤੀ ਮੁਹੱਬਤ 'ਚ ਆ ਕੇ ਨਾ ਬੰਦਾ ਸਰੈਂਡਰ ਕਰ ਜਾਂਦਾ, ਅਤੇ ਉਸ ਦੌਰਾਨ ਫਿਰ ਇਹ ਜੋਗੀ ਵਾਲੀ ਹੁੰਦੀ ਹੈ ਜਿਵੇਂ ਇਸ ਪੀਰ ਨਾਲ ਹੋਈ ਹੈ। ਖੈਰ, ਇਹ ਸੀ ਲੋਕ ਕਹਾਣੀ ਘਰ ਦਾ ਜੋਗੀ ਜੋਗੜਾ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਜਾਂ ਕੁਛ ਆਪਣੇ ਵੀਡੀਓਜ਼ ਨੇ ਉਹਨਾਂ ਦਾ ਲਿੰਕ 9870963096 'ਤੇ ਤੁਸੀਂ ਮੰਗਵਾ ਸਕਦੇ ਹੋ। ਇਸੇ ਨੰਬਰ 9876309655 'ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਪ੍ਰੋਗਰਾਮ ਚੰਗਾ ਲੱਗਦਾ ਅਤੇ ਅੱਗੇ ਸ਼ੇਅਰ ਅਤੇ ਸਾਂਝਾ ਜ਼ਰੂਰ ਕਰ ਦਿਓ। ਅਤੇ ਅੰਮ੍ਰਿਤਪਾਲ ਭੈਣ ਜੀ ਕਹਿੰਦੇ ਸਿੱਧਾ ਕਹੋ ਘਰੇ ਜਨਾਨੀ ਦੀ ਚੱਲਦੀ ਹੈ। ਹਾਂ ਭੈਣ ਰਾਣੀ, ਵੈਸੇ ਥੋੜ੍ਹਾ ਜਿਹਾ ਬੈਲੈਂਸ ਜਿਹਾ ਬਣਾ ਕੇ ਰੱਖੇ, ਮੇਰਾ ਖਿਆਲ ਚੱਲ ਜਾਂਦੀ ਹੈ। ਅੰਗਰੇਜ਼ੀ ਦੀ ਸਟੋਰੀ ਕੀ ਲਿਖਿਆ ਮੈਂ ਪੜ੍ਹਦਾ ਹਾਂ, ਪੜ੍ਹਿਆ ਨਹੀਂ ਜਾ ਰਿਹਾ ਲਾਸਟ ਕਮੈਂਟ। ਕਈ ਵਾਰੀ ਨਾ ਪੜ੍ਹਨ 'ਚ ਦਿੱਕਤ ਆਉਂਦੀ ਹੈ। ਭੈਣ ਰਾਣੀ ਅੰਮ੍ਰਿਤਪਾਲ ਕੌਰ ਕਹਿੰਦੇ ਅੰਗਰੇਜ਼ੀ ਦੀ ਸਟੋਰੀ ਬਲੈਸਡ ਹਾਊਸ ਯਾਦ ਆ ਗਈ ਹੋਵੇਗੀ। ਰੀਅਲੀ ਵੈਰੀ ਗੁੱਡ ਸਟੋਰੀ। ਸੇਵਾ ਸਿੰਘ ਥੈਂਕ ਯੂ ਜੀ। ਸੱਗੀ ਨਰਮਾ ਜੀ ਥੈਂਕ ਯੂ। ਇਕਬਾਲ ਸਿੰਘ ਮਾਨ ਸਾਹਿਬ ਕਰਦਾ ਜੋਗੀ ਜੋਗੜਾ, ਵਧੀਆ ਕਹਾਣੀ ਹੈ। ਰਾਜਨ ਸੈਣੀ ਕਹਿੰਦੇ ਸ਼ੇਰ ਬਣੋ ਜੀ ਸ਼ੇਰ, ਪਰ ਘਰ ਤੋਂ ਬਾਹਰ, ਅਤੇ ਕਿਉਂਕਿ ਘਰੇ ਸ਼ੇਰ ਦੀ ਸਵਾਰੀ ਹੋਰ ਤਾਂ ਹੁੰਦੀ ਹੈ। ਦਲਵੀਰ ਸਿੰਘ ਰੰਧਾਵਾ ਜੈਜਾਵੰਤੀ ਹੋਊ ਕੋਈ, ਕਹਿੰਦੇ ਕੌੜਾ ਸੱਚ ਹੈ ਬਾ ਕਮਾਲ ਕਹਾਣੀ ਹੈ। ਉਹਦੇ ਵਾਲਾ ਹਾਲ ਵੀ ਹੋਣਾ ਜਿਹਦੇ ਮੈਂ ਨਾ ਲਵਾਂ। ਸੁਖਵਿੰਦਰ ਕਹਿੰਦੇ ਓਕੇ ਥੈਂਕ ਯੂ, ਮਿਹਰਬਾਨੀ। ਸੋ ਇਸ ਕਰਕੇ ਜਿਹੜਾ ਇਹ ਸਿਲਸਿਲਾ ਨਾ ਬੈਲੈਂਸ, ਇੱਕ ਸੰਤੁਲਨ ਬਣਾ ਕੇ ਚੱਲੋ ਤਾਂ ਠੀਕ ਹੈ।
ਸੋ ਨਹੀਂ ਤਾਂ ਫਿਰ ਕਲਾ ਕਲੰਦਰ ਵਸੇ ਫਿਰ ਘੜਿਓਂ ਪਾਣੀ ਨੱਸੇ, ਚੁੱਲ੍ਹੇ ਦੇ ਵਿੱਚ ਅੱਗ ਨਾ ਘੜੇ ਦੇ ਵਿੱਚ ਪਾਣੀ। ਸੋ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ। ਘਰ ਦੀ ਸ਼ਾਂਤੀ ਫਿਰ ਖੰਭ ਲਾ ਕੇ ਉੱਡ ਜਾਂਦੀ ਹੈ ਜੇ ਸ਼ਾਂਤੀ ਸ਼ਾਂਤ ਸੁਭਾਅ ਦੀ ਨਾ ਹੋਵੇ, ਫਿਰ ਜੋਤੀ ਬਣੀ ਜਵਾਲਾ ਵਾਲੀ ਗੱਲ ਹੋ ਜਾਂਦੀ ਹੈ। ਸੋ ਲਓ ਦੋਸਤੋ, ਇਹ ਸੀ ਕਹਾਣੀ ਘਰ ਦਾ ਜੋਗੀ ਜੋਗੜਾ।